ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚਿਆ ਦੋਸਤੋ ਪਿੰਡ ਬੁਰਜ ਨੱਥੂ ਕੇ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ। ਹੈਪੀ ਬਾਈ ਦੇ ਕੋਲ ਆਏ ਹਾਂ ਦੋਸਤੋ। ਅੱਜ ਦੋ ਨਗ ਵਕਾਊ ਆ ਵੀਰ ਦੇ ਕੋਲ। ਇੱਕ ਦੋਸਤੋ ਤੋਕੜ ਗੱਬਣ ਤੁਹਾਨੂੰ ਵਹਿੜ ਦਿਖਾ ਦਾਂਗੇ, ਤੋ ਆਪ ਚੈੱਕ ਕਰਵਾਈਏ ਦੋਸਤੋ ਵੀਰ ਨੇ। ਬਾਕੀ ਜਿਹੜੇ ਵੀਰ ਕੋਈ ਖਰੀਦਣ ਕੇ ਆ ਰਹੇ ਆ, ਤੁਸੀਂ ਆਪਣੀ ਚੈੱਕ ਪਾਸ ਜਿਹੜੀ ਦੋਸਤੋ ਆਪਣਾ ਡਾਕਟਰ ਸਾਹਿਬ ਨਾਲ ਲੈ ਕੇ ਆਇਓ, ਠੀਕ ਆ ਜੀ। ਆਪਣੀ ਤਸੱਲੀ ਆ ਇਸ ਘਰੇ ਬਣਦੀ ਥਣਦੀ ਜਿਹੜੀ ਆ ਉਹ ਪੂਰੀ ਕਰਿਓ, ਠੀਕ ਆ। ਤੇ ਇੱਕ ਸੱਜਰ ਸੂਈ ਵੈੜ ਤੁਹਾਨੂੰ ਦਿਖਾ ਦਾਂਗੇ ਨਾਲ ਬੱਚਾ, ਤੋ ਕਿੰਨੇ ਮਿਲਕ ਤੇ ਚੱਲ ਰਹੀ ਆ, ਕੀ ਦੁੱਧ ਦੀ ਸਥਿਤੀ ਆ ਇਸ ਵੈੜ ਦੇ ਥੱਲੇ, ਉਹ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਦੋਸਤੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਤੇ ਬਿਲਕੁਲ ਪੱਟੀ ਸ਼ਹਿਰ ਦੇ ਨਜ਼ਦੀਕ ਪਿੰਡ ਆ ਬੁਰਜ ਨੱਥੂ, ਕੋਈ 5-6 ਕਿਲੋਮੀਟਰ ਦੀ ਦੂਰੀ ਆ। ਸਰਿਆਲੀ ਵੱਡੀ ਤੋਂ ਦੋਸਤੋ ਕੋਈ 5-4 ਕਿਲੋਮੀਟਰ ਦੀ ਦੂਰੀ ਆ। ਆਓ ਲੈਂਦੇ ਹਾਂ ਵਧੇਰੇ ਡਿਟੇਲ, ਕਰਦੇ ਹਾਂ ਗੱਲਬਾਤ। ਹੈਪੀ ਭਰਾ, ਸਤਿ ਸ੍ਰੀ ਅਕਾਲ ਵੀਰ। ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਹੋਰ ਭਾਅ ਜੀ ਠੀਕ ਠਾਕ ਜੀ? ਮੈਂ ਠੀਕ ਠਾਕ, ਕਿਰਪਾ ਜੀ। ਠੀਕ ਆ ਜੀ। ਹੈਪੀ, ਦੋ ਨਾਗ ਅੱਜ ਆਪਣੇ ਕੋਲ ਜਿਹੜੇ ਇਹ ਵਿਖਾਓ ਆ ਜੀ, ਇੱਕ ਸੱਜਰ ਵੈੜ ਇੱਕ ਤੋਕੜ ਗੱਬਣ। ਠੀਕ ਆ ਜੀ। ਹਾਂਜੀ, ਲੈ ਵੀ ਸ਼ੁਰੂਆਤ ਹੈਪੀ ਇੱਥੋਂ ਕਰ ਲੈਂਦੇ ਹਾਂ, ਜਿਹੜੀ ਸੱਜਰ ਵੈੜ ਤੋਂ। ਤੇ ਕੀ ਡਿਟੇਲ ਆ, ਸੂਆ ਕਿਨਮਾ ਹੋ ਗਈ ਹੈ? ਇਸ ਨੂੰ ਤਾਂ ਦੂਜਾ ਸੂਆ ਵਾ। ਹਾਂਜੀ, ਤੇ ਸੂਈ ਨੂੰ ਕੋਈ 10 ਤੋਂ 15 ਦਿਨ ਹੋ ਗਏ ਮਗਰ ਵੱਛਾ ਹੈ। ਠੀਕ ਆ ਜੀ, ਆ ਵੇਖ ਲਓ। ਲਓ ਜੀ, 10-15 ਦਿਨਾਂ ਦੀ ਸੂਈ ਆ ਮਗਰ ਵੱਛਾ ਮੇਲ ਕਾਫ, ਆ ਤੁਸੀਂ ਦੇਖ ਸਕਦੇ ਜੀ। ਠੀਕ ਆ। ਅੱਛਾ, ਦੁੱਧ ਹੁਣ ਕਿੰਨਾ ਇਹਦੇ ਥੱਲੇ? ਸਾਨੂੰ ਸਾਹਿਬ 10 ਕਿਲੋ ਦੁੱਧ ਹੈ, ਆਪਾਂ 9 ਕਿਲੋ ਕਹਿ ਕੇ ਦੋ ਟੰਗ ਕੋਈ ਆਪਣੇ ਘਰੇ ਲੀਟਰ ਮਾਰ ਲਏ। ਠੀਕ ਆ ਜੀ। ਹਾਂਜੀ, 9 ਲੀਟਰ 10 ਹੀ ਹੋਊਗਾ, ਪਰ ਆਪਾਂ 9 ਕਹਿ ਕੇ ਦੇਣੀ ਆ। 9 ਜਿਹੜਾ ਆਪਾਂ ਚਵਾ ਦਾਂਗੇ, ਚਵਾ ਕੇ ਦੇਵਾਂਗੇ ਦੋ ਟਾਈਮ, ਭਾਵੇਂ 3 ਟਾਈਮ ਚੋਵੇ ਕੋਈ। ਲਓ ਜੀ, ਸੋ 9 ਲੀਟਰ ਦੋਸਤੋ ਇਹਦੇ ਥੱਲੇ ਜਿਹੜਾ ਥੋੜੀ ਲੈਵਾ ਗਾਣ ਤਾਰ ਵਾਲੇ ਪਾਸੇ 14 ਦਿਨਾਂ ਦੀ ਸੂਈ ਥੱਲੇ 9 ਲੀਟਰ ਦੁੱਧ ਤੱਕ ਥੋੜੀ ਅਗਾਹ ਨੂੰ। ਠੀਕ ਆ ਜੀ, ਆ ਵੇਖੋ ਲੇਵਾ ਜਿਹੜਾ ਦੋਸਤੋ ਅਗਾਹ ਨੂੰ। ਠੀਕ ਆ, ਬਾਕੀ ਤੁਹਾਨੂੰ ਆਪਾਂ ਦੋਸਤੋ ਨਾਲ ਦੀ ਨਾਲ ਜਿਹੜੀ ਆ ਚਵਾਈ ਆ 2-2, 4-4 ਧਾਰਾਂ ਮਾਰ ਕੇ ਇੱਕ ਵਾਰੀ ਦਿਖਾ ਦੇਵਾਂਗੇ। ਉਸ ਤੋਂ ਬਾਅਦ ਤੁਹਾਡਾ ਫਰਜ਼ ਬਣਦਾ ਇੱਥੇ ਘਰੇ ਆਣ ਕੇ ਆਪਣਾ 2 ਟਾਈਮ ਚੋਲੋ ਚਾਹੇ 3 ਟਾਈਮ ਚੋਲੋ। ਠੀਕ ਆ, ਥਣ ਬਹੁਤ ਵਧੀਆ, ਲੰਬੇ ਥਣ, ਹੱਥੀ ਚਵਾਈ ਵਾਲੇ ਥਣ ਆ। ਠੀਕ ਆ ਜੀ, ਤੋ ਵੰਡ ਵੁੰਡ ਵੀ ਚੰਗੀ ਆਪਸੀ ਥਣਾਂ ਦੀ, ਅਤੇ ਕੱਦ ਵੱਡਾ ਇਸ ਵੈੜ ਦਾ। ਸੂਆ ਤੁਹਾਨੂੰ ਦੱਸ ਹੀ ਦਿੱਤਾ ਵੀ ਦੂਜਾ ਕੋਈ ਵੀਰ ਸਮਝ ਸਕਦਾ, ਅੱਗੇ ਹਰ ਇੱਕ ਭਰਾ ਦੀ ਆਪੋ ਆਪਣੀ ਸਮਝ ਆ। ਠੀਕ ਆ ਜੀ, ਅਤੇ ਹੈਪੀ ਲਿਆਓ ਖੋਲ੍ਹ ਕੇ ਤੋਰ ਕੇ ਵੀਰੇ ਨੂੰ। ਸੋ ਵੈਸੇ ਦੋਸਤੋ ਜੋ ਕੋਈ ਭੂਰ ਛੱਟਾ ਹੈ ਉਹ ਆਪਾਂ ਚੈੱਕ ਕਰਵਾ ਦਾਂਗੇ। ਠੀਕ ਹੈ ਜੀ, ਥਣਾਂ ਨੂੰ ਭਰਾ ਕੇ ਦਿਖਾ ਦਾਂਗੇ ਕਿਸੇ ਰਕਮ ਦਾ ਕੋਈ ਭੂਰ ਛੱਟਾ, ਉਹ ਤਸੱਲੀ ਦੇ ਨਾਲ ਆਪਾਂ ਚੈੱਕ ਕਰਾ ਦਾਂਗੇ। ਸੋ ਦੁੱਧ 9 ਲੀਟਰ ਉਹ ਮੇਰਾ ਭਰਾ, ਤੁਸੀਂ ਇਸ ਘਰੇ ਆਣ ਕੇ ਇਸ ਕਿੱਲੇ ਤੋਂ ਪ੍ਰਾਣ ਕੇ 2 ਡੰਗ ਚੋ ਕੇ ਤਸੱਲੀ ਕਰ ਲਿਓ। ਠੀਕ ਹੈ, ਥੋੜਾ ਡਰਦੀ ਕੈਮਰੇ ਤੋਂ। ਮਾੜਾ ਗੋਆ ਚੁੱਕ ਦੀਏ। ਅੱਛਾ ਠੀਕ ਹੈ, ਹੈਪੀ ਕੀ ਮੁੱਲ ਕਰਦੇ ਇਹਦਾ ਵੈੜ ਦਾ? ਇਹਦਾ ਸੁਣ ਸਾਹਿਬ 33,000 ਚ ਪਹੁੰਚ ਕਰਦੀ, ਮੁੱਲ ਕਰਨ ਨੂੰ 35-36-40 ਜੋ ਮਰਜ਼ੀ ਕਰਾ ਲਓ। ਪਹੁੰਚ 200 ਕਿਲੋਮੀਟਰ ਦਾ ਹੈ। 200 ਕਿਲੋਮੀਟਰ ਤੱਕ? ਹਾਂਜੀ, ਪਹੁੰਚ 33,000 ਦੇ ਵਿੱਚ। 33,000 ਦੇ ਵਿੱਚ ਲਾ ਵੀ 33,000 ਦੇ ਵਿੱਚ ਦੋਸਤੋ 200 ਕਿਲੋਮੀਟਰ ਤੱਕ ਪਹੁੰਚ। ਬਾਕੀ ਵੈੜ ਤੁਸੀਂ ਦੇਖ ਲਈਏ ਪ੍ਰੋਪਰ, ਬੈਕ ਸਾਈਡ ਤੋਂ ਵੀ ਆ ਦੇਖ ਲਓ। ਠੀਕ ਆ ਜੀ, ਸੋ ਚਵਾਈ ਮੇਰਾ ਵੀਰ ਫੁੱਲ ਵੀਡੀਓ ਦੇਖ ਲਓਗੇ, ਇਹਦੇ ਵਿੱਚ ਚਵਾਈ ਆਪਾਂ ਧਾਰਾ ਮਾਰ ਕੇ ਤੁਹਾਨੂੰ ਤਸੱਲੀ ਕਰਵਾ ਦਿੱਤੀ ਹੈ। ਠੀਕ ਆ, ਸੋ ਬਾਕੀ ਸੌਦਾ ਕਰ ਲਿਓ 33,000 ਤੇ 200 ਕਿਲੋਮੀਟਰ ਦੇ ਵਿੱਚ ਵਿੱਚ ਜਿਹੜੀ ਪਹੁੰਚ ਪੂਰੇ ਪੰਜਾਬ ਭਰ ਦੇ ਵਿੱਚ। ਠੀਕ ਆ ਜੀ, ਆਹ ਦੇਖੋ ਜੀ ਮਗਰ ਮੇਲ ਕਾਫ, ਸੋ 33,000 ਮੁੱਲ ਆ। ਇੱਕ ਤੋਕੜ ਗੱਬਣ ਇੱਧਰ ਨਾਗ ਜਿਹੜਾ, ਇਹ ਵੀ ਵਿਕਾਊ
ਇਹਦੀ ਡਿਟੇਲ ਆਪਾਂ ਲੈ ਲੈਣੇ ਆ ਤੇ ਇਹ ਗੱਭਣ ਕਿੰਨੇ ਟਾਈਮ ਦੀ ਆ ਪੀ? ਇਹ ਸੰਧੂ ਸਾਹਿਬ 2 ਮਹੀਨੇ ਨੂੰ ਪੂਰੇ ਹੋ ਗਏ ਆ। ਅੱਛਾ ਜੀ। ਹਾਂਜੀ 2 ਮਹੀਨੇ ਪੂਰੇ ਹੋ ਗਏ ਆ। ਹਾਂਜੀ। ਦੁੱਧ ਕਿੰਨਾ ਇਸ ਵਕਤ? 8 ਕਿਲੋ ਦੁੱਧ ਆ ਥੱਲੇ ਦੇ, ਜਿਹੜਾ ਬਿਲਕੁਲ ਐ ਨੈਟ ਐ ਜਿਹੜਾ ਚੋ ਕੇ ਖੜਨਾ 2 ਟਾਂ ਮਤਲਬ 7 ਕਿਲੋ ਜੀ ਆਪਾਂ ਗਾਰੰਟੀ ਦੇ ਦਾਂਗੇ। ਠੀਕ ਆ ਜੀ। ਚੋਣ ਜਾਣ ਬਰਾਬਰ ਥਣਾ ਦੀ? ਮੈਂ ਕਹਿੰਦਾ ਵੀ ਐ ਕੋਈ ਭੂਤ ਸਿੱਟਾ ਨਹੀਂ, ਕੋਈ ਥਣ ਆਵਾਜ਼ ਕਰਨੀ, ਠੰਡੀ ਧੀਰੀ ਬੜੀ ਵੇਖ ਲਓ। ਲਓ ਜੀ ਲਓ ਲਓ ਦੋਸਤੋ, 8 ਕਿਲੋ ਦੁੱਧ ਪਰ 7 ਕਿਲੋ ਹੈਪੀਆਂ ਦਾ ਵੀ ਮੰਨ ਕੇ ਕੋਈ ਵੀਰ ਸੌਦਾ ਕਰ ਲੇ। ਤੇ ਆਹ ਵੇਖੋ ਤੁਸੀਂ ਚੋਣ ਚਣ ਅਗਲੇ ਥਣਾਂ ਦੀ ਚਵਾਈ ਆ ਜੀ, ਤੇ ਅਗਲੇ ਥਣ ਵੀ ਆਪਾਂ ਤੁਹਾਨੂੰ ਥੋੜੇ ਤਾਂ ਵਰਾ ਕੇ ਵਿਖਾ ਦਿੰਦੇ ਆ। ਆਹ ਦੇਖੋ ਆਹ ਮਗਲੇ ਥਣੋ ਆ। ਠੀਕ ਆ ਜੀ। ਵੈਸੇ ਵੰਗਾ ਵੰਗਾ ਪਾਉਣ ਦੀ ਲੋੜ ਹੀ ਨਹੀਂ ਹੈ? ਨਾ ਜੀ ਨਾ ਕੁਛ ਨਹੀਂ, ਇਦਾਂ ਹੀ। ਠੀਕ ਆ। ਉਹ ਵੀ ਨਹੀਂ ਪਾਉਣ ਦੀ ਲੋੜ, ਨਾ ਪਹਾੜਾ ਨਾ ਵੰਗਾ ਐ। ਹਾਂ। ਤੇ ਸੂਵੇ ਤੀਜੇ ਲਈ ਕੱਢਣੇ ਫਿਰ? ਤੀਜੇ ਲਈ ਹਾਂਜੀ। ਲੈ ਹੈਪੀ ਖੋਲ ਦੇ ਨੂੰ ਵੀ। 8 ਕਿਲੋ ਦੁੱਧ 2 ਮਹੀਨਿਆਂ ਦੀ ਦੋਸਤੋ ਚੈੱਕ ਹੋਈ, ਆਪਣੇ ਹੱਥੀ ਚੈੱਕ ਕਰਵਾਈ? ਹਾਂਜੀ ਸੰਧੂ ਸਾਹਿਬ ਆਪਾਂ ਚੈੱਕ ਕਰਵਾਈ, ਆਪਦਾ ਕੋਈ ਡਾਕਟਰ ਲਿਆ ਕੇ ਵੀ ਚੈੱਕ ਕਰਵਾ ਲਏ। ਠੀਕ ਹੈ ਜੀ। ਜੇ ਕੋਈ ਇਦਾਂ ਆਨਲਾਈਨ ਵੀਰ ਮੰਗਾਉਂਦਾ ਵਾ ਗੱਡੀ ਤੋਂ ਲਾਉਣਾ, ਸਾਰੇ ਡਾਕਟਰ ਸੱਦੋ ਮੈਂ ਚੈੱਕ ਕਰਵਾਓ। ਠੀਕ ਹੈ ਜੀ। ਹਾਂਜੀ। ਲਓ ਦੋਸਤੋ ਇਸ ਘਰੋਂ ਚੈੱਕ ਜਿਹੜੀ ਹੋਈ ਆ, ਇਸ ਕਿੱਲੇ ਦੇ ਉੱਪਰ ਵੀਰ ਹੈਪੀ ਦੱਸ ਰਿਹਾ ਵੀ ਆਪਾਂ ਚੈੱਕ ਕਰਵਾਈ ਆ 2 ਮਹੀਨਿਆਂ ਦੀ ਜਿਹੜੀ ਇਹ ਗੱਭਣ ਆ, 8 ਕਿਲੋ ਕੋਈ 7 ਕਿਲੋ ਮੰਨ ਕੇ ਜਿਹੜਾ ਤੁਸੀਂ ਸੌਦਾ ਕਰ ਸਕਦੇ। ਜੇ ਕੋਈ ਵੀਰ ਇੱਥੇ ਆ ਜਾਊਗਾ ਆਪਾਂ ਫੇਰ ਡਾਕਟਰ ਸਾਥ ਦਾਂਗੇ, ਨਹੀਂ ਆਪਦਾ ਡਾਕਟਰ ਨਾਲ ਲੈ ਗਿਆ ਜੀ। ਠੀਕ ਹੈ ਜੀ। ਹਾਂਜੀ। ਬਾਕੀ ਇੱਥੋਂ ਕੋਈ ਡਾਕਟਰ ਸੱਦ ਕੇ ਹਾਂਜੀ ਹਾਂਜੀ ਕਰਵਾ ਦੋਗੇ? ਚੈੱਕ ਕਰਵਾ ਦਾਂਗੇ ਜੀ। ਠੀਕ ਹੈ ਜੀ। ਹਾਂਜੀ ਲਓ ਜੀ। ਦੋਸਤੋ ਜਿਹੜੇ ਡਾਕਟਰ ਨੇ ਚੈੱਕ ਕੀਤਾ ਆਖੋਗੇ ਤਾਂ ਆਪਾਂ ਉਹਦੇ ਨਾਲ ਗੱਲ ਵੀ ਕਰਵਾ ਦਾਂਗੇ। ਠੀਕ ਹੈ ਜੀ। ਤੇ ਜੇ ਆਖੋਗੇ ਤਾਂ ਆਪਦਾ ਕੋਈ ਡਾਕਟਰ ਲਿਆਉਣਾ ਵੀ ਆਪਦਾ ਵੀ ਲਿਆ ਸਕਦਾ। ਲਓ ਜੀ। ਠੀਕ ਹੈ ਜੀ। ਸੋ ਜਿਹੜੇ ਡਾਕਟਰ ਤੋਂ ਦੋਸਤੋ ਪਹਿਲਾਂ ਚੈੱਕ ਹੋਈ ਆ, ਵੈਸੇ ਕੋਈ ਜ਼ਿਆਦਾ ਸਮਝ ਨਹੀਂ ਹੋਇਆਗਾ ਗੱਭਣ ਨੂੰ, ਇਸ ਕਰਕੇ ਜੇਕਰ ਕੋਈ ਵੀਰ ਟਿਕਾ ਰਹਿਣਾ ਚਾਹੁੰਦਾ ਉਸੇ ਡਾਕਟਰ ਤੋਂ ਵੀ ਤੁਸੀਂ ਪੁੱਛ ਲਿਆ ਪੁੱਛ ਸਕਦੇ ਜੀ। ਠੀਕ ਹੈ ਜੀ। ਡਾਕਟਰ ਸਾਹਿਬ ਤੁਹਾਨੂੰ ਆਪ ਦੱਸ ਦੂਗਾ। ਚਲੋ ਜਰਸੀ ਦਾ ਰਾਜੀ ਥੋੜਾ ਜਿਹਾ ਪਾਖਾ ਭਾਈ, ਗਰਮੀ ਗੁਰਮੀ ਮਨਾਉਣ ਵਾਲੀ ਨਹੀਂ ਗੀ। ਠੀਕ ਆ। ਤੇ ਹੈਪੀ ਇਹਦਾ ਮੁੱਲ ਫਿਰ ਕੀ ਕੀਤਾ ਜੀ? ਇਹਦਾ ਸੰਧੂ ਸਾਹਿਬ 28,000 ਚ ਪਹੁੰਚ ਕਰ ਦਾਂਗੇ। ਮੁੱਲ ਕਰਾਉਣ ਨੂੰ 32 ਕਰਾ ਲਓ, 33 ਕਰਾ ਲਓ, 28,000 ਚ ਪਹੁੰਚ ਕਰ ਦਾਂਗੇ। ਠੀਕ ਹੈ ਜੀ। ਹਾਂਜੀ। ਉਹੀ 200 ਕਿਲੋਮੀਟਰ 200 ਕਿਲੋਮੀਟਰ ਤਾਈ ਲਓ ਦੋਸਤੋ, 200 ਕਿਲੋਮੀਟਰ ਤਾਈ ਜਿਹੜੀ ਪਹੁੰਚ ਹੋ ਜੂਗੀ। ਬਾਕੀ ਇੱਥੇ ਕੋਈ ਆਊ ਵੀ ਏਡਾ ਛੋਟ ਛੇਪਾ ਮਾਨਤਾਨ ਵੀ ਕਰਾਂਗੇ ਇਹਦਾ। ਠੀਕ ਹੈ ਜੀ। ਸੋ ਮੇਰਾ ਭਰਾ, ਬਾਕੀ ਇੱਕ ਰਿਕਵੈਸਟ ਆਪਣੀ ਹਰ ਇੱਕ ਖਰੀਦਦਾਰ ਵੀਰ ਦੇ ਅੱਗੇ, ਪਸ਼ੂ ਖਰੀਦਣੇ ਹੁੰਦੇ ਆ ਕਿਸੇ ਵੀਰ ਨੇ ਘਰੇ ਚੋਣ ਵਾਸਤੇ ਖਰੀਦ, ਸੰਧੂ ਸਾਹਿਬ ਆਪਣਾ ਡੰਗਰ ਚਵਾਈ ਦਾ ਕੋਈ ਵੀ ਨਾ ਮਾੜਾ ਹੋਊਗਾ। ਹਾਂ। ਜਿਹੜਾ ਕੋਈ ਵੀਰ ਇਦਾਂ ਵੀ ਖੜੂ ਚੋਣ ਦਾ ਭੂਰ ਛਿੱਟਾ ਥਣ ਵਾਧ ਘੜ ਨਿਕਲਾਵੇ, ਗੱਡੀ ਦਾ ਕਿਰਾਇਆ ਆਪਣਾ ਹੋਊਗਾ, ਕੋਈ ਵੀਰ ਇੱਥੇ ਵੀ ਆਊਗਾ ਥਣ ਚ ਵਾਧ ਘੜ ਭੂਰ ਛਿੱਟਾ ਆਵੇ ਤਾਂ ਉਹਦੀ ਆਪਣੀ ਜ਼ਿੰਮੇਵਾਰੀ ਆ। ਬਿਲਕੁਲ। ਜਿਹੜੀ ਇੱਥੇ ਚੋਣ ਲੈਣੀ ਉਹਦੀ ਕਹਾਣੀ ਖਤਮ ਆ, ਉਹਦੀ ਕੋਈ ਗਰੰਟੀ ਨਹੀਂ। ਜਿਹੜਾ ਵੀਰ ਆਨਲਾਈਨ ਖੜੂਗਾ ਦੁੱਧ ਦੀ, ਜਦੋਂ ਮੰਨ ਕੇ ਚਲੋ ਵੀ ਦੂਰ ਦੁਰਾਡੇ ਚੱਲ ਜਾਂਦੀਆਂ 200-300 ਕਿਲੋਮੀਟਰ ਦੇ, 1-2 ਕਿਲੋ ਫਰਕ ਪਾ ਜਾਂਦੀਆਂ, ਬਾਕੀ ਭੂਰ ਛਿੱਟਾ ਵਾਧ ਘਾਟ ਹੋਵੇ ਥਾਂ ਚ ਉਹਦੀ ਆਪਣੀ ਜ਼ਿੰਮੇਵਾਰੀ ਹੋਵੇ, ਇਹ ਤੋਂ ਵੱਧ ਦਾ ਫਰਕ ਨਹੀਂ ਨਿਕਲਦਾ। ਹਾਂਜੀ। ਇਹ ਨਹੀਂ ਵੀ ਦੱਸਾਂਗੇ 9 ਦਿਨ ਨਿਕਲੂਗਾ 6-5 ਆ, ਇਹ ਨਹੀਂ ਵੀ ਕਿਲੋ ਖਾਂਡੇ ਤੇ ਤੁਹਾਨੂੰ ਪਤਾ ਹੋ ਜਾਂਦਾ ਉੱਪਰ ਥਾਂ ਡੰਗਰ ਜਾਂਦਾ ਹੈ। ਲਓ ਵੀ ਦੋਸਤੋ ਤੁਸੀਂ ਆਪਦੀ ਵਿਚਾਰ ਆਪਦੀ ਸੋਚ ਸਮਝਣਾ ਸੌਦਾ ਕਰ ਲਿਓ, ਭੂਰ ਛਿੱਟਾ ਸਖਤ ਜਾਂ ਥਾਂ ਚ ਵਾਧ ਘਾਟ ਹੋਵੇ ਤੇ ਇਹ ਗੱਲ ਦੀ ਆਪਣੀ ਗਰੰਟੀ ਹੋਊਗੀ। ਠੀਕ ਹੈ ਜੀ। ਹਾਂਜੀ। ਲਓ ਦੋਸਤੋ ਪੂਰੀ ਤਸੱਲੀ ਵੀਰ ਹੈਪੀ ਲੈ ਰਿਹਾ, ਪਰ ਫਿਰ ਵੀ ਮੇਰਾ ਭਰਾ ਆਪਦੇ ਹੱਥੀ ਆਖੀ ਵੇਖ ਕੇ ਤਸੱਲੀ ਕਰੋ ਆਦੀ ਉਹ ਜਿਹਨੇ ਪੈਸੇ ਲਾਉਣੇ ਆ। ਠੀਕ ਹੈ ਜੀ। ਤੇ ਕਿਉਂਕਿ ਉਹ ਆਪਾਂ ਤਸੱਲੀਆਂ ਕਰਕੇ ਲਿਆਂਦੀਆਂ ਬਸ ਜੀ ਬਸ। ਤੇ ਇਹ 2 ਨਗ ਨੇ ਅੱਜ ਜਿਹੜੇ ਦੋਵੇਂ ਨਗ ਬਕਾਊ, ਇੱਕ ਜਿਹੜੀ ਆਪਾਂ ਤੁਹਾਨੂੰ ਸੱਜਰ ਸੂਈ ਇਹ ਬੈਠ ਦਿਖਾਈ ਆ, 9 ਕਿਲੋ ਦੁੱਧ ਉਹਦੇ ਥੱਲੇ ਹਾਜ਼ਰ, ਤੇ ਇਹਦੇ ਥੱਲੇ ਦੋਸਤੋ 7 ਕਿਲੋ ਗੱਭਣ ਵੀ ਨਾਲ ਦੀ ਨਾਲ ਹੈਗੀ ਆ। ਠੀਕ ਆ। ਹੈਪੀ ਇੱਕ ਨੰਬਰ ਬੋਲ ਦਈਏ ਭਰਾ, ਫੋਨ ਨੰਬਰ ਆਪਣਾ 8463-7372, ਇਸੇ ਨੰਬਰ ਤੇ ਆਪਣਾ ਵਟਸਐਪ ਚੱਲਦਾ, ਪਿੰਡ ਆਪਣਾ ਬੁਰਜ ਨੱਥੂਗੇ, ਜ਼ਿਲ੍ਹਾ ਤਰਨਤਾਰਨ, ਤਹਿਸੀਲ ਪੱਟੀ। ਠੀਕ ਆ ਜੀ। ਹਾਂਜੀ। ਲਓ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ, ਨੰਬਰਾਂ ਤੇ ਤੁਸੀਂ ਕਾਲ ਕਰ ਲਿਓ। ਠੀਕ ਆ। ਤੇ 2 ਨਗ ਸੀ ਅੱਜ, ਪਸ਼ੂ ਆਉਂਦੇ ਰਹਿੰਦੇ ਇਸੇ ਤਰ੍ਹਾਂ ਕਿੱਲੇ ਦੇ ਉੱਪਰ, ਬਾਕੀ ਤੁਸੀਂ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਓ।
ਤੇ ਆਏ ਨਵੇਂ ਪਸ਼ੂਆਂ ਦੀ ਡਿਟੇਲ ਤੁਸੀਂ ਲੈਂਦੇ ਰਿਹਾ ਕਰੋ। ਸੋ ਜਿੰਨੇ ਵੀਰ ਵੀਡੀਓ ਦੇਖਦੇ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।